ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਪਿਆਰੀ ਸਾਧ ਸੰਗਤ ਜੀ, ਜਦੋਂ ਵੀ ਦੁੱਖ ਆਵੇ ਉਹ ਸੱਚੇ ਪਾਤਸ਼ਾਹ ਦਾ ਨਾਮ ਜਪਣ ਲੱਗ ਜਾਵੋ। ਨਾਮ ਜਪਣ ਨਾਲ ਦੁੱਖ ਘੱਟ ਹੋ ਜਾਂਦਾ ਹੈ। ਇੱਕ ਵਾਰ ਕਿਸੇ ਮਹਾਂਪੁਰਖ ਦੇ ਪੇਟ ਵਿੱਚ ਦਰਦ ਹੋਣ ਲੱਗ ਪਿਆ ਤੇ 3-4 ਦਿਨਾਂ ਤੋਂ ਉਹ ਦਰਦ ਹਟੇ ਹੀ ਨਾ ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਮਹਾਂਪੁਰਖਾਂ ਦਾ ਪਤਾ ਲੈਣ ਆਏ। ਕਹਿੰਦੇ ਕੀ ਹੋਇਆ ਜੀ? ਅੱਗੋਂ ਕਹਿੰਦੇ ਜੀ ਦਰਦ ਨਹੀਂ ਹਟ ਰਿਹਾ 3-4 ਦਿਨਾਂ ਤੋਂ। ਕਹਿੰਦੇ ਦੀਨ ਦਰਦ ਦੁੱਖ ਭੰਜਣਾ ਘੱਟ ਘੱਟ ਨਾਥ ਅਨਾਥ ਪੜ੍ਹੀ ਜਾਓ ਸਾਰੇ ਜਾਣੇ ਆਪੇ ਹਟ ਜਾਏਗਾ। ਬਸ ਉਹ ਬਾਬਾ ਜੀ ਕਹਿ ਗਏ ਤੇ ਦਰਦ ਹਟ ਗਿਆ। ਮਹਾਂਪੁਰਖ ਨੇ ਕਿਉਂ ਨਹੀਂ ਹਟਾਇਆ ਆਪਣਾ ਦਰਦ? ਉਹ ਭਾਣੇ ਵਿੱਚ ਸਨ। ਜੋ ਹੈ ਬਸ ਠੀਕ ਹੈ, ਦਰਦ ਪਰਮਾਤਮਾ ਨੇ ਦਿੱਤਾ ਹੈ, ਮੈਂ ਹਟਾਉਣਾ ਨਹੀਂ ਇਹਨੂੰ, ਜੋ ਹੋਵੇ ਉਹਦੀ ਰਜ਼ਾ ਵਿੱਚ ਹੈ। ਪਰ ਉੱਥੇ ਹੋਰ ਮਹਾਤਮਾ ਆ ਗਏ, ਕਹਿੰਦੇ ਹਨ ਹਟਾ ਦਿੰਦੇ ਹਾਂ। ਉਹ ਹਟਾ ਸਕਦੇ ਸੀ, ਆਪਣੇ ਆਪ ਹਟਾਉਣਾ ਠੀਕ ਨਹੀਂ। ਗੁਰਸਿੱਖ ਇਹ ਕਹਿੰਦਾ ਹੁੰਦਾ ਹੈ ਕਿ ਮਹਾਰਾਜ ਇਹ ਦਰਦ ਮੈਨੂੰ ਝੱਲਣ ਦਾ ਬਲ ਦੇ ਦਿਓ, ਇਹ ਨਹੀਂ ਕਹਿੰਦਾ ਕਿ ਮੇਰਾ ਦਰਦ ਹਟਾ ਦਿਓ। ਇਹ ਵੱਡੇ ਮਹਾਂਪੁਰਖਾਂ ਦੀ ਗੱਲ ਹੈ, ਆਮ ਬੰਦੇ ਨੇ ਨਹੀਂ ਕਰਨਾ। ਉਹਨਾਂ ਬਸ ਪੰਕਤੀਆਂ ਪੜ੍ਹਨੀਆਂ ਨੇ, ਸਭ ਦੁੱਖ ਕੱਟੇ ਜਾਣਗੇ ਉਹਨਾਂ ਦੇ। ਬਹੁਤ ਬੰਦਗੀ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਆ ਕਿ ਮੈਨੂੰ ਬਸ ਝੱਲਣ ਦਾ ਬਲ ਬਖਸ਼ੋ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਨੂੰ ਹੁਣ ਸਿਰ ਤੇ ਆਰਾ ਚੱਲਣਾ, ਮੈਨੂੰ ਝੱਲਣ ਦਾ ਬਲ ਦਿਓ, ਮੈਂ ਪਾਸ ਹੋ ਜਾਂ ਪ੍ਰੀਖਿਆ ਚੋਂ, ਫੇਲ ਨਾ ਹੋਵਾਂ। ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰੀ ਜਾਓ, ਜਦੋਂ ਸਿਰ ਤੇ ਆਰਾ ਚੱਲਿਆ ਬਸ ਪਾਸ ਹੋ ਜਾਏਗਾ। ਇਸ ਕਰਕੇ ਗੁਰਮੁਖ ਪਿਆਰਿਆਂ ਦੀਆਂ ਅਵਸਥਾਵਾਂ ਹੋਰ ਹੁੰਦੀਆਂ ਨੇ। ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਹੁੰਦੀ ਹੈ ਅਵਸਥਾ। ਜੇ ਕੋ ਕਹੈ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੈ ਗਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨਾ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।